ਹਾਕੀ ਦੇ ਮੈਦਾਨ ਵਿੱਚ ਭਾਰਤੀ ਟੀਮ ਨੂੰ ਖੇਡ ਦੀ ਹਰ ਬਰੀਕੀ ਸਿਖਾਉਣ ਵਾਲੇ ਹਾਕੀ ਕੋਚ ਹਰਿੰਦਰ ਸਿੰਘ ਅੱਜ ਕੱਲ ਮੁਲਕ ਦੀ ਕੋਰੋਨਾ ਖਿਲਾਫ ਜੰਗ ਦੀ ਅਗਵਾਈ ਕਰ ਰਹੇ ਨੇ। ਏਅਰ ਇੰਡੀਆ ਦੇ ਜਨਰਲ ਮੈਨੇਜਰ ਵਜੋਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੇ ਤੈਨਾਤ ਹਰਿੰਦਰ ਸਿੰਘ ਇਸ ਅਦ੍ਰਿਸ਼ ਹਮਲਾਵਰ ਤੋਂ ਮੁਲਕ ਦੀਆਂ ਸਰਹੱਦਾਂ ਨੂੰ ਮਹਿਫੂਜ਼ ਕਰ ਰਹੇ ਨੇ। ਉਹ ਆਪਣੀ ਟੀਮ ਨਾਲ ਦਿਨ ਰਾਤ ਡਟੇ ਹੋਏ ਨੇ। ਉਹ ਕੋਰੋਨਾ ਖਿਲਾਫ ਫਸਟ ਲਾਈਨ ਆਫ ਡਿਫੈਂਸ ਹਨ। ਹਾਕੀ ਦੇ ਮੈਦਾਨ ਨਾਲੋਂ ਇਸ ਦਾ ਫਰਕ ਹੈ। ਉਹਨਾਂ ਦਾ ਕਹਿਣਾ ਕਿ ਇੱਥੇ ਦੁਸ਼ਮਣ ਲੁਕਿਆ ਹੋਇਆ ਹੈ, ਪਰ ਹਰਿੰਦਰ ਸਿੰਘ ਦਾ ਜੋਸ਼ ਅਤੇ ਜਜ਼ਬਾ ਹਾਕੀ ਦੇ ਮੈਦਾਨ ਵਾਲਾ ਹੀ ਹੈ। ਘਰੋਂ ਬਾਹਰੋਂ ਲਗਾਤਾਰ ਮੁਲਕ ਲਈ ਸੇਵਾਵਾਂ ਨਿਭਾ ਰਹੇ ਨੇ। ਫੋਨ ਆਉਂਦਾ ਹੈ ਤਾਂ ਘਰਦਿਆਂ ਨਾਲ ਸਿਰਫ ਇੰਨੀ ਹੀ ਗੱਲ ਹੁੰਦੀ ਹੈ ਕਿ ਬਹੁਤ ਬਿਜ਼ੀ ਹਾਂ, ਮੁਸਾਫਰਾਂ ਨਾਲ ਕਿਰਿਆ ਹੋਇਆ ਹਾਂ, ਬਾਅਦ ਵਿੱਚ ਗੱਲ ਕਰਾਂਗਾ। ਉਸਦਾ ਕਹਿਣਾ ਕਿ ਪਿਛਲੇ ਕੁਝ ਦਿਨਾਂ ਤੋਂ ਮੈਂ ਅਤੇ ਮੇਰੀ ਟੀਮ 72 ਘੰਟਿਆਂ ਤੋਂ ਲਗਾਤਾਰ ਕੰਮ ਤੇ ਲੱਗੇ ਹੋਏ ਹਾਂ। ਸਾਡਾ ਮਕਸਦ ਦੇਸ਼ ਨੂੰ ਬਚਾਉਣਾ ਹੈ। ਕੋਈ ਵੀ ਕੋਰੋਨਾ ਪ੍ਰਭਾਵਿਤ ਮਰੀਜ਼ ਇੰਡੀਆ 'ਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। 2018 ਦੇ ਵਰਲਡ ਕੱਪ ਵਿੱਚ ਇੰਡੀਅਨ ਹਾਕੀ ਟੀਮ ਦੀ ਬਤੌਰ ਕੋਚ ਅਗਵਾਈ ਕਰਨ ਵਾਲੇ ਹਰਿੰਦਰ ਸਿੰਘ ਉਸੇ ਜਜ਼ਬੇ ਨਾਲ ਅੱਜ ਇਸ ਮੈਦਾਨ 'ਚ ਵੀ ਮੱਲਾ ਮਾਰ ਰਹੇ ਨੇ। ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਹ ਜੰਗ ਵਰਗੀ ਸਿਚੁਏਸ਼ਨ ਹੈ, ਅਸੀਂ ਹਿੰਮਤ ਨਾਲ ਇਸ ਤੋਂ ਨਿਕਲਣਾ ਹੈ। ਅਸੀਂ ਪੂਰੀ ਸ਼ਿੱਦਤ ਨਾਲ ਲੱਗੇ ਹਾਂ, ਲੋਕਾਂ ਦਾ ਸਹਿਯੋਗ ਵੀ ਲੋੜੀਂਦਾ ਹੈ। ਇਹ ਖਤਰਨਾਕ ਵਾਇਰਸ ਦੇ ਹਮਲੇ ਦਰਮਿਆਨ ਹਰਿੰਦਰ ਸਿੰਘ ਦੇ ਜੋਸ਼ 'ਚ ਕੋਈ ਫਰਕ ਨਹੀਂ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ ਪੂਰੀ ਤਰ੍ਹਾਂ ਢੱਕਣ ਵਾਲੇ ਕੱਪੜੇ ਪਾਏ ਹੋਏ ਨੇ, ਵਾਰ ਵਾਰ ਹੱਥ ਸੈਨੀਟਾਈਜ਼ ਕਰ ਰਹੇ ਹਾਂ। ਮੁਲਕ ਨੂੰ ਇਸ ਵੇਲੇ ਸਾਡੀ ਲੋੜ ਹੈ। ਇੱਕ ਸਿਪਾਹੀ ਵਾਂਗ, ਇੱਕ ਸਪੋਰਟਸਮੈਨ ਵਾਂਗ ਅਸੀਂ ਹਰ ਮੁਹਾਜ ਤੇ ਲੜਨ ਲਈ ਹਾਜ਼ਰ ਹਾਂ। ਇਸ ਲਈ ਪਰਿਵਾਰ ਦੀ ਸਪੋਰਟ ਦੀ ਵੀ ਲੋੜ ਹੈ। ਮੇਰੀ ਪਤਨੀ ਘਰ ਸੰਭਾਲ ਰਹੀ ਹੈ। ਉਸਦਾ ਕਹਿਣਾ ਹੈ ਕਿ ਤੁਸੀਂ ਲੱਗੇ ਰਹੋ, ਪਰਿਵਾਰ ਦੀ ਫਿਕਰ ਨਾ ਕਰੋ, ਪਰਿਵਾਰ ਤੁਹਾਡੇ ਨਾਲ ਹੈ। ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਪਹਿਲਾਂ ਇੱਕ ਖਿਡਾਰੀ, ਫਿਰ ਕੋਚ ਅਤੇ ਹੁਣੇ ਪੇਸ਼ਾ, ਹਮੇਸ਼ਾ ਪਰਿਵਾਰ ਤੋਂ ਦੂਰ ਰਹਿਣਾ ਪਿਆ ਹੈ, ਪਰ ਕੁਝ ਬਿਹਤਰ ਕਰ ਰਹੇ ਹਾਂ ਤਾਂ ਪਰਿਵਾਰ ਨੂੰ ਵੀ ਸਾਡੇ ਤੇ ਮਾਣ ਹੈ। ਹਾਕੀ ਦੇ ਮੈਦਾਨ ਨਾਲੋਂ ਇੱਥੇ ਹਾਲਾਤ ਵੱਖ ਹਨ, ਇੱਥੇ ਜ਼ਿੰਦਗੀ ਅਤੇ ਮੌਤ ਦਾ ਸਵਾਲ ਹੈ। ਉਸਦਾ ਕਹਿਣਾ ਹੈ ਕਿ ਮੈਂ ਕਹਿ ਸਕਦਾ ਹਾਂ ਕਿ ਮੇਰੀ ਜ਼ਿੰਦਗੀ ਦਾ ਸਭ ਤੋਂ ਚੁਣੌਤੀਪੂਰਨ ਪ੍ਰੋਫੈਸ਼ਨਲ ਅਸਾਈਨਮੈਂਟ ਹੈ ਕੰਧਾਰ ਕਾਂਡ ਤੋਂ ਬਾਅਦ। ਉਸਦਾ ਕਹਿਣਾ ਹੈ ਕਿ ਮੈਂ ਹਮੇਸ਼ਾ ਅਗਵਾਈ ਕਰਨ 'ਚ ਯਕੀਨ ਰੱਖਦਾ ਹਾਂ। ਜੇ ਮੈਂ ਚਾਹੁੰਦਾ ਹਾਂ ਕਿ ਮੇਰੀ ਟੀਮ ਕੁਝ ਬਿਹਤਰ ਕਰੇ ਤਾਂ ਪਹਿਲਾਂ ਮੈਨੂੰ ਮਿਸਾਲ ਕਾਇਮ ਕਰਨੀ ਪਵੇਗੀ। ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਇਹ ਕੋਈ ਪ੍ਰੈਸ਼ਰ ਨਹੀਂ, ਪ੍ਰੈਸ਼ਰ ਤਾਂ ਉਸ ਵੇਲੇ ਸੀ ਜਦੋਂ ਸਾਡੀ ਟੀਮ ਵਰਲਡ ਕੱਪ ਖੇਡੀ ਸੀ। ਆਈ ਹੈਵ ਫੁੱਲ ਕੌਨਫੀਡੈਂਸ ਦਿਸ ਟੀਮ ਵਿਲ ਡੈਫੀਨੇਟਲੀ ਕੁਆਲੀਫਾਈ ਫੋਰ ਟੋਕਿਓ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਅਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਅਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਦੇ ਹਾਂ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਬੱਚਿਆਂ ਦੇ ਵੀਜ਼ਾ, LORs, SOPs ਹੈਲਪ ਕਰਦੇ ਹਾਂ ਅਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ ਏਅਰਪੋਰਟ ਪਿਕਅਪ ਅਤੇ ਉਹਨਾਂ ਦੀ ਟੈਂਪਰੇਰੀ ਅਕੋਮੋਡੇਸ਼ਨ ਦਾ ਇੰਤਜ਼ਾਮ ਵੀ ਕਰਦੇ ਹਾਂ।